ਹਾਂਜੀ ਦੋਸਤੋ ਅੱਜ ਦੀ ਜਿਹੜੀ ਵੀਡੀਓ ਆ ਏਪੀਪੀਆਰ ਦੇ ਸਬੰਧ ਵਿੱਚ ਆ ਤੇ ਪੀਪੀਆਰ ਦੀ ਬੜੀ ਭਿਆਨਕ ਬਿਮਾਰੀ ਹੈ ਬਾਈ ਠੀਕ ਹੈ ਤੇ ਜਿਹੜੇ ਵੀਰਾਂ ਦੇ ਫਾਰਮ ਤੇ ਪੀਪੀਆਰ ਆ ਚੁੱਕੀ ਆ ਉਹ ਆ ਵੀਡੀਓ ਪੂਰੀ ਦੇਖ ਲੈਣ ਕਿਉਂਕਿ ਇਹਦੇ ਵਿੱਚ ਪੂਰਾ ਟ੍ਰੀਟਮੈਂਟ ਆ ਜਿਹੜਾ ਆਪਾਂ ਪੀਪੀਆਰ ਦੇ ਬਾਰੇ ਦੱਸਿਆ ਤੇ ਜਿਹੜੇ ਵੀਰਾਂ ਦੇ ਜਾਨਵਰਾਂ ਨੂੰ ਹਜੇ ਤੱਕ ਇਹ ਪ੍ਰੋਬਲਮ ਨਹੀਂ ਆਈ ਉਹਨਾਂ ਨੂੰ ਰਿਕਵੈਸਟ ਆ ਵੀ ਉਹ ਜਿਹੜੀ ਆਪਣੀ ਪੀਪੀਆਰ ਦੀ ਵੈਕਸੀਨੇਸ਼ਨ ਆ ਉਹ ਜ਼ਰੂਰ ਕਰਾ ਲੈਣ ਠੀਕ ਹੈ ਤਾ ਜੋ ਆਪਣੇ ਜਾਨਵਰ ਨੂੰ ਆਪਾਂ ਸੇਫ ਰੱਖ ਸਕੀਏ ਤੇ ਇਹਦੇ ਜਿਹੜੇ ਲੱਛਣ ਆ ਉਹ ਤੁਹਾਨੂੰ ਦੱਸ ਦਨੇ ਆ ਜਿਵੇਂ ਪੀਪੀਆਰ ਦੇ ਵਿੱਚ 105 ਤੇ 106 ਜਿਹੜਾ ਬੁਖਾਰ ਰਹਿੰਦਾ ਟੈਂਪਰੇਚਰ ਰਹਿਣਾ ਹੀ ਰਹਿਣਾ ਹਰ ਜਾਨਵਰ ਨੂੰ 105 ਤੇ 106 ਠੀਕ ਆ ਤੇ ਉਸ ਤੋਂ ਬਾਅਦ ਕਾਫੀ ਜਾਨਵਰਾਂ ਦੇ ਨੱਕ ਦੇ ਵਿੱਚੋਂ ਨਜਲਾ ਜੁਕਾਮ ਆਉਣ ਲੱਗ ਜਾਂਦਾ ਕਾਫੀ ਹੱਦ ਤੱਕ ਆ ਜਿਹੜਾ ਬਹੁਤ ਜ਼ਿਆਦਾ ਆਉਣ ਲੱਗ ਜਾਂਦਾ ਉਹ ਨਜਲਾ ਜੁਕਾਮ ਤੇ ਉਹ ਇਕੱਠੇ ਜੇ ਉਹ ਕਿਹੜੇ ਆ ਖਾਣ ਲੱਗ ਜਾਂਦੇ ਆ ਤੇ ਅੱਖਾਂ ਦੇ ਵਿੱਚੋਂ ਜਿਹੜਾ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ ਠੀਕ ਹੈ ਤੇ ਜਾਨਵਰਾਂ ਦੇ ਮੂੰਹ ਦੇ ਵਿੱਚ ਛਾਲੇ ਵੀ ਹੋ ਜਾਂਦੇ ਆ ਤੇ ਉਹ ਖਾਣਾ ਪੀਣਾ ਆਪਣਾ ਛੱਡ ਜਾਂਦੇ ਆ ਇਹ ਲੱਛਣ ਆ ਬਾਈ ਜਿਹੜੇ ਆਪਣੇ ਪੀਪੀਆਰ ਦੇ ਆ ਠੀਕ ਹੈ ਤੇ ਜਿਹੜੇ ਫਾਰਮਰ ਵੀਰਾਂ ਦੇ ਇਹ ਪ੍ਰੋਬਲਮ ਆ ਚੁੱਕੀ ਆ ਉਹ ਵੀਡੀਓ ਦੇਖ ਲੈਣ ਟ੍ਰੀਟਮੈਂਟ ਪੂਰਾ ਦੱਸਿਆ ਹੈ ਤੇ ਜਿਹੜਿਆਂ ਦੇ ਹਜੇ ਤੱਕ ਨਹੀਂ ਆਈ ਉਹ ਪੀਪੀਆਰ ਦੀ ਵੈਕਸੀਨ ਜ਼ਰੂਰ ਕਵਾ ਲੈਣ ਚਲੋ ਆਜੋ ਤੁਹਾਨੂੰ ਦਿਖਾਉਨੇ ਆ ਪੂਰਾ ਪੀਪੀਆਰ ਦਾ ਟ੍ਰੀਟਮੈਂਟ ਵੀਡੀਓ ਦੇ ਨਾਲ ਬਣੇ ਰਹਿਣਾ ਕਮੈਂਟ ਕਰ ਦੇਣਾ ਸ਼ੇਅਰ ਕਰ ਦੇਣਾ ਤੇ ਲਾਈਕ ਕਰ ਦੇਣਾ ਅੱਗੇ ਤੁਹਾਨੂੰ ਕਿਸ ਟੌਪਿਕ ਤੇ ਵੀਡੀਓ ਚਾਹੀਦੀ ਆ ਉਹ ਪਹਿਲੇ ਕਮੈਂਟ ਕਰ ਦਿੰਨਾ ਪਿਆਰਾ ਜਿਹਾ ਆਪਣਾ ਤੇ ਅਸੀਂ ਕੋਸ਼ਿਸ਼ ਕਰਾਂਗੇ ਜਲਦੀ ਉਸ ਟੌਪਿਕ ਤੇ ਵੀਡੀਓ ਲੈ ਕੇ ਆਵਾਂਗੇ ਤੇ ਦੇਖੋ ਬਈ ਵੀਡੀਓ ਫਿਰ ਹਾਂਜੀ ਦੋਸਤੋ ਤੁਸੀਂ ਅੱਜ ਦੇਖ ਰਹੇ ਹੋਵੋਗੇ ਵੀ ਕਾਫੀ ਦਵਾਈਆਂ ਜਿਹੜੀਆਂ ਰੱਖੀ ਬੈਠੇ ਆਪਾਂ ਇੰਜੈਕਸ਼ਨ ਰੱਖੀ ਬੈਠੇ ਆ ਤੇ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਹੀ ਦੱਸ ਦਵਾਂ ਵੀ ਜਿਹੜਾ ਆਪਾਂ ਆਪਣੇ ਫਾਰਮ ਤੇ ਵਰਤਦੇ ਆਂ ਕੋਈ ਵੀ ਟ੍ਰੀਟਮੈਂਟ ਆ ਜਾਂ ਜਿੰਨੀ ਕਿ ਸਾਨੂੰ ਨੌਲੇਜ ਆ ਆਪਾਂ ਉਹੀ ਸ਼ੇਅਰ ਕਰਦੇ ਆਂ ਕਈ ਵੀ ਰਕਮੈਂਡੈਂਟਾਂ ਦੇ ਵਿੱਚ ਲੱਗ ਜਾਂਦੇ ਕਰਨ ਵੀ ਵਿਦਵਾਨ ਆ ਜਾਂ ਇਹਨਾਂ ਨੂੰ ਪਤਾ ਆ ਜਾਂ ਡਾਕਟਰ ਆ ਨਾ ਤੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਬਾਈ ਜਿੰਨੇ ਕਿ ਸਾਨੂੰ ਨੌਲੇਜ ਆ ਜਿਹਦਾ ਚੀਜ਼ ਦਾ ਸਾਨੂੰ ਰਿਜ਼ਲਟ ਮਿਲਿਆ ਸੀ ਉਹੀ ਹਨਾ ਤੁਹਾਡੇ ਸਾਹਮਣੇ ਲੈ ਕੇ ਆਉਨੇ ਆ ਤੇ 5 ਮਿੰਟ 10 ਮਿੰਟ ਪਹਿਲਾਂ ਸਾਨੂੰ ਇੱਕ ਕਾਲ ਆਈ ਹੈ ਕਿ ਬਾਈ ਦੇ ਜਾਨਵਰਾਂ ਨੂੰ ਪ੍ਰੋਬਲਮ ਆ ਗਈ 10 15 ਦਿਨ ਤੋਂ ਕਾਫੀ ਫੋਨ ਆ ਰਹੇ ਸੀਗੇ ਠੀਕ ਹੈ ਅੱਜ ਬਿਲੀ ਬੈਠੇ ਸੀ ਸੋਚਿਆ ਵੀ ਚਲੋ ਤੁਹਾਨੂੰ ਆਪਣੇ ਮਿੱਤਰਾਂ ਦੋਸਤਾਂ ਨੂੰ ਵੀਡੀਓ ਬਣਾ ਕੇ ਜਿਹੜਾ ਦੱਸ ਦਿੱਤਾ ਜਾਵੇ ਨਾ ਪੀਪੀਆਰ ਦੀ ਬਾਈ ਬਹੁਤ ਬਿਮਾਰੀ ਚੱਲਦੀ ਹੈ ਹੁਣ ਬਹੁਤ ਜ਼ਿਆਦਾ ਪ੍ਰੋਬਲਮ ਤੇ ਕਾਫੀ ਫਾਰਮਰਾਂ ਦੇ ਵਿੱਚ ਆ ਚੁੱਕੀ ਹੈ ਜਿਨ੍ਹਾਂ ਦੇ ਹਜੇ ਤੱਕ ਵੈਕਸੀਨ ਨਹੀਂ ਹੋਈ ਪੀਪੀਆਰ ਦੀ ਉਹ ਪੀਪੀਆਰ ਦੀ ਵੈਕਸੀਨ ਜ਼ਰੂਰ ਕਰਵਾ ਲਓ ਕਿਉਂਕਿ ਆਪਾਂ ਨੂੰ 50 60% ਆ ਜਿਹੜੀ ਸੰਤੋਸ਼ਟੀ ਹੋ ਜਾਂਦੀ ਹੈ ਵੀ ਸੇਫ ਰਹਿ ਸਕੀ ਹੈ ਹਨਾ ਤੇ ਉਸ ਤੋਂ ਬਾਅਦ ਜਿਨ੍ਹਾਂ ਨੇ ਪੀਪੀਆਰ ਆ ਗਈ ਬਾਈ ਉਹਨਾਂ ਨੂੰ ਬੇਨਤੀ ਹੈ ਵੀ ਉਹ ਜਿਹੜੀ ਪੀਪੀਆਰ ਦੀ ਵੈਕਸੀਨ ਨਾ ਕਰਵਾਉਣ ਤੇ ਸਿੰਪਲੀ ਉਹਨਾਂ ਨੂੰ ਮੈਂ ਤਰੀਕਾ ਦੱਸਦਾ ਜਿਹੜਾ ਆਪਾਂ ਆਪ ਵਰਤਦੇ ਆਪ ਯੂਜ਼ ਕੀਤਾ ਤੇ ਜੇ ਪੀਪੀਆਰ ਦੀ ਪ੍ਰੋਬਲਮ ਆਪਣੇ ਫਾਰਮ ਤੇ ਆਪਣੇ ਬਾੜਿਆਂ ਦੇ ਵਿੱਚ ਆ ਗਈ ਆ ਤਾਂ ਸਭ ਤੋਂ ਪਹਿਲਾਂ ਤਾਂ ਜਿਹੜੇ ਜਾਨਵਰਾਂ ਨੂੰ ਇਹ ਪ੍ਰੋਬਲਮ ਹੈਗੀ ਆ ਉਹਨਾਂ ਨੂੰ ਦੂਸਰੇ ਜਾਨਵਰਾਂ ਤੋਂ ਅਲੱਗ ਕਰ ਦਿਓ ਜਿੱਥੇ ਇੱਕ ਦੂਜੇ ਦੀ ਹਵਾ ਵੀ ਕ੍ਰੋਸ ਨਾ ਹੁੰਦੀ ਹੋਵੇ ਹਨਾ ਕਿ ਦੂਜੇ ਜਾਨਵਰਾਂ ਦੀ ਜਿਹੜੀ ਹਵਾ ਵਾ ਉਹ ਵੀ ਦੂਜੇ ਜਾਨਵਰਾਂ ਤੱਕ ਨਾ ਜਾਵੇ ਜਿਹੜੇ ਸਹੀ ਨੇ ਤੇ ਟ੍ਰੀਟਮੈਂਟ ਤੁਹਾਨੂੰ ਦੱਸ ਦਵਾਂ ਬਈ ਸਭ ਤੋਂ ਪਹਿਲਾਂ ਦਾ ਖੋਰਸੋਲਿਨ ਸਪਰੇਅ ਆ ਠੀਕ ਹੈ ਜੀ ਇਹ ਤੁਸੀਂ 4-5 ਦਿਨ ਲਗਾਤਾਰ ਆ ਜਿਹੜੀ ਆਪਣੇ ਜਿਹੜੀ ਜਗ੍ਹਾ ਤੇ ਜਾਨਵਰ ਆਪਣੇ ਰੱਖੇ ਹੋਏ ਨੇ ਜਾਂ ਪੂਰੇ ਜਿੱਥੇ-ਜਿੱਥੇ ਆਪਾਂ ਜਾਨਵਰ ਜਾਂਦੇ ਆ ਤੇ ਇਹ ਉੱਥੇ ਸਪਰੇਅ ਕਰਨੀ ਆ ਪੂਰੀ ਚੰਗੀ ਤਰ੍ਹਾਂ 4 ਤੋਂ 5 ਦਿਨ ਠੀਕ ਹੈ ਜੀ ਔਰ ਤੇ ਇੱਕ ਜਿਨ੍ਹਾਂ ਨੂੰ ਪ੍ਰੋਬਲਮ ਹੋ ਗਈ ਹੈ ਬਾਈ ਉਹਨਾਂ ਨੂੰ ਅਮਿਊਨਿਟੀ ਨਾਮ ਦਾ ਇੱਕ ਸੀਰਪ ਆਉਂਦਾ ਔਰਲ ਸੀਰਪ ਲਿਕਵਿਡ ਚਾ ਇਹ ਆਪਾਂ ਦੇਣਾ ਉਹਨਾਂ ਨੂੰ ਠੀਕ ਹੈ ਇਹ ਪਾਣੀ ਦੇ ਵਿੱਚ ਮਿਲਾ ਕੇ ਦੇਣਾ ਇਲੈਕਟ੍ਰੀਕਲ ਬਣਾ ਕੇ ਦੇਣਾ ਇਹਦਾ ਇਹ ਪਾਣੀ ਦੇ ਵਿੱਚ ਮਿਕਸ ਕਰਕੇ ਦੇਣਾ ਦੋ ਜਾ ਉਹ ਇਹਦੇ ਉੱਪਰ ਲਿਖੀ ਹੋਈ ਆ ਬਾਈ ਛੋਟੇ ਜਾਨਵਰ ਨੂੰ ਕਿੰਨੀ ਦੇਣੀ ਆ ਵੱਡੇ ਜਾਨਵਰ ਨੂੰ ਕਿੰਨੀ ਦੇਣੀ ਆ ਠੀਕ ਆ ਉਹ ਤੁਸੀਂ ਆਪਾਂ ਨੂੰ ਫੋਨ ਕਰਕੇ ਪੁੱਛ ਸਕਦੇ ਹੋ ਤੇ ਉਸ ਤੋਂ ਬਾਅਦ ਬਾਈ ਸੇਫਟੀ ਫੋਰ ਸੋਡੀਅਮ ਔਨ ਦਾ ਡੈਕ ਫਾਰ ਐਲ ਤੁਸੀਂ ਜਿਹੜਾ ਵੀ ਮਰਜ਼ੀ ਲੈ ਲਓ 1 ਗ੍ਰਾਮ ਇੰਜੈਕਸ਼ਨ ਲੈ ਲਿਓ ਸਸਤਾ ਪੈ ਜਾਊਗਾ ਹਨਾ ਤੇ ਇਹ ਲੈ ਕੇ ਬਾਈ ਇਹੀ ਕੰਮ ਕਰਨਾ ਵਾ ਪੀਪੀਆਰ ਦੇ ਵਿੱਚ ਹੋਰ ਵੀ ਕਿਸੇ ਵੀ ਇੰਜੈਕਸ਼ਨ ਨੇ ਕੰਮ ਨਹੀਂ ਕਰਨਾ ਠੀਕ ਆ ਸੇਫਟੀ ਫੋਰ ਸੋਡੀਅਮ ਡੈਕ ਫਾਰ ਐਲ ਅਸੀਂ ਯੂਜ਼ ਕੀਤਾ ਬੜਾ ਵਧੀਆ ਰਿਜ਼ਲਟ ਆਇਆ ਬਾਈ ਜਿਹੜੇ ਛੋਟੇ ਬੱਚੇ ਆ ਜਿਵੇਂ 4 ਤੋਂ 5 ਮਹੀਨਿਆਂ ਦੇ ਬੱਚੇ ਆ ਉਹਨਾਂ ਨੂੰ ਇਹ 4 ਤੋਂ 5 ਇੰਜੈਕਸ਼ਨ ਬਣਾ ਲੈਣੇ ਨੇ ਇੱਕ ਟੀਕੇ ਦੇ ਠੀਕ ਆ ਜੇ ਵੱਡੇ ਆ ਤਾਂ ਉਹਨਾਂ ਦੇ 3 ਜਾਂ 2 ਬਣਾ ਕੇ ਆਪਾਂ ਇਹ ਲਾਉਣੇ ਆ ਠੀਕ ਆ ਉਸ ਤੋਂ ਬਾਅਦ ਇਹਨਾਂ ਦੇ ਨਾਲ ਆਪਾਂ ਲਾਉਣਾ ਵਾ ਡੋਜ਼ ਜਾਨਵਰਾਂ ਦੇ ਹਿਸਾਬ ਨਾਲ ਮੈਲੋਨੈਕਸ ਪਲੇਨ ਠੀਕ ਆ ਜੀ ਇਹ ਚਾਰ ਇੰਜੈਕਸ਼ਨ ਤੁਹਾਨੂੰ ਦੱਸੂਗਾ ਸੈਫਟੀ ਫੋਰ ਸੋਡੀਅਮ ਹੋ ਗਿਆ ਮੈਲੋਨੈਕਸ ਪਲੇਨ ਹੋ ਗਿਆ ਇਹ ਆਪਾਂ ਇੰਜੈਕਸ਼ਨ ਲਾਉਣਾ ਵਾ ਠੀਕ ਆ ਤੇ ਇੱਕ ਇਹਦੇ ਨਾਲ ਲਾਉਣਾ ਆਪਾਂ ਡੈਕਸਾ ਇਹ ਡੈਕਸਾ ਦਾ ਖਾਸ ਧਿਆਨ ਇਹ ਰੱਖਣਾ ਜਿਹੜਾ ਵੀ ਜਿਹੜੀ ਵੀ ਬੱਕਰੀ ਪ੍ਰੈਗਨੈਂਟ ਆ ਗੱਬਣ ਬੱਕਰੀਆ ਉਹਨੂੰ ਡੈਕਸਾ ਨਹੀਂ ਲਾਉਣਾ ਠੀਕ ਹੈ ਇਹ ਖਾਸ ਧਿਆਨ ਰੱਖਿਓ ਵੀ ਜਿਹੜੀ ਗੱਬਣ ਨਾ ਪ੍ਰੈਗਨੈਂਟ ਬੱਕਰੀਆ ਉਹਨੂੰ ਡੈਕਸਾ ਨਹੀਂ ਲਾਉਣਾ ਠੀਕ ਹੈ ਆਮ ਜਿਹੜੇ ਬੱਚੇ ਆ ਉਹਨਾਂ ਦੇ ਤੁਸੀਂ ਇਹ ਡੈਕਸਾ ਇੰਜੈਕਸ਼ਨ ਲਾ ਸਕਦੇ ਹੋ ਤੇ ਇੱਕ ਬਾਈ ਆਪਾਂ ਲਾਉਣਾ ਨਾਲ ਨੀਰੋਕਾਇੰਡ ਇਹ ਕਿਸੇ ਵੀ ਬੱਕਰੀ ਤੇ ਲਾ ਸਕਦੇ ਤੁਸੀਂ ਕੋਈ ਚੱਕਰ ਨਹੀਂ ਨੀਰੋਕਾਇੰਡ ਇਹ ਤਾਕਤ ਦਾ ਟੀਕਾ ਭਾਈ ਇਹ ਤੁਸੀਂ ਲਾਉਣਾ ਨਾਲ ਠੀਕ ਹੈ ਇਹ ਚਾਰ ਇੰਜੈਕਸ਼ਨ ਤੁਹਾਨੂੰ ਮੈਂ ਇਹ ਦੱਸਿਆ ਇਹ ਹਰ ਹਾਲ ਦੇ ਵਿੱਚ ਇਹ ਚਾਰ ਇੰਜੈਕਸ਼ਨ ਜਿਹੜੇ ਆਪਾਂ ਯੂਜ਼ ਕਰਨੇ ਆ ਪੀਪੀਆਰ ਦੇ ਵਿੱਚ ਇੱਕ ਇੰਜੈਕਸ਼ਨ ਆ ਜੀ ਸੀਮੈਕ ਸੀਮੈਕ ਐਕਸਲ ਆਉਂਦਾ ਇੱਕ ਸੀਮੈਕ ਸਿੰਪਲ ਆਉਂਦਾ ਇਹ ਜੇ ਮਾਲਾ ਵੀ ਜਿਹੜਾ ਸੀਮੈਕ ਐਕਸਲ ਆਉਂਦਾ ਜੇ ਇਹ ਹੈਗਾ ਤੁਹਾਡੇ ਕੋਲ ਤਾਂ ਨੀਰੋਕੈਂਡ ਲਾਉਣ ਦੀ ਜਿਹੜੀ ਲੋੜ ਨਹੀਂ ਹੈਗੀ ਫਿਰ ਤੁਸੀਂ ਇਹ ਨਾਲ ਆਇਓ ਮੈਂ ਇਹੀ ਕਹੂੰਗਾ ਤੁਸੀਂ ਵੀ ਇਹੀ ਲੈ ਆਇਓ ਕਿਉਂਕਿ ਇਹਦੇ ਵਿੱਚ ਦੋ ਸਾਲਟ ਨੇ ਠੀਕ ਆ ਨੀਰੋਕੈਂਡ ਰਹਿਣ ਦਿਓ ਤੇ ਇਹ ਜਿਹੜਾ ਜ਼ੀਮੈਕ ਇੰਜੈਕਸ਼ਨ ਐ ਐਕਸਲ ਇਹ ਵਈ ਤੁਸੀਂ ਲਾਉਣਾ ਨਾਲ ਲਾਉਣਾ ਭਾਈ ਤਾਕਤ ਦਾ ਵੀ ਹੈ ਤੇ ਕੈਲਸ਼ੀਅਮ ਵੀ ਦਿੰਦਾ ਉਹਨੂੰ ਠੀਕ ਆ ਉਸ ਤੋਂ ਬਾਅਦ ਭਾਈ ਜੀ ਜਿਹੜੇ ਜਾਨਵਰਾਂ ਨੂੰ ਪ੍ਰੋਬਲਮ ਹੋਗੀ ਜਾਂ ਤੁਹਾਨੂੰ ਉਹ ਰਫ ਹੁੰਦੇ ਦੇਖਦੇ ਆ ਜਿਹੜੀ ਉਹਨਾਂ ਦੀ ਸਕਿਨ ਆ ਉਹ ਰਫ ਹੋ ਗਈ ਆ ਉਹਨਾਂ ਨੂੰ ਕਾਫੀ ਦਿੱਕਤਾਂ ਆ ਜਾਂਦੀਆਂ ਨੇ ਇਹ ਜਿਹੜੀ ਪੀਪੀਆਰ ਆਏ ਖੂਨ ਨਹੀਂ ਛੱਡਦੀ ਖੂਨ ਵੀਕਨੈਸ ਹੋ ਜਾਂਦੀ ਹੈ ਖੂਨ ਦੀ ਕਮੀ ਹੋਣ ਲੱਗ ਜਾਂਦੀ ਹੈ ਜਾਨਵਰਾਂ ਦੇ ਵਿੱਚ ਤੇ ਤੁਸੀਂ ਇਹ ਸ਼ਾਰਕ ਫਲੋਰ ਆ ਜਿਹੜੀ ਇਹ ਤੁਸੀਂ ਪਾਣੀ ਦੇ ਵਿੱਚ ਘੋਲ ਕੇ ਦੇਣੀ ਆ ਜਿਵੇਂ ਛੋਟਾ ਜਾਨਵਰ ਆ ਛੋਟਾ ਬੱਚਾ ਵਾ ਉਹਨੂੰ ਅੱਧਾ ਚਮਚ ਜੇ ਜਾਦਾ ਛੋਟਾ ਉਹਨੂੰ ਅੱਧੇ ਚੋਂ ਵੀ ਅੱਧਾ ਚਮਚ ਜਿਹੜਾ ਆਪਾਂ ਵੱਡਾ ਵੱਡਾ ਪਸ਼ੂ ਆ ਵੱਡੀ ਬੱਕਰੀ ਜਾਂ ਬੱਕਰਾ ਉਹਨੂੰ ਆਪਾਂ ਇੱਕ ਚਮਚ ਪੂਰਾ ਪਾਣੀ ਦੇ ਵਿੱਚ ਘੋਲ ਕੇ ਦੇਣਾ ਵਾ ਠੀਕ ਆ ਇਹ ਤੁਸੀਂ ਧਿਆਨ ਰੱਖਿਓ ਤੇ ਉਸ ਤੋਂ ਬਾਅਦ ਜਿਹੜੇ ਜਾਨ ਪੀਪੀਆਰ ਮੰਨ ਲੋ ਆਪਣੇ ਫਾਰਮ ਦੇ ਵਿੱਚ ਆ ਗਈ ਆ ਤੇ ਜਿਹੜੇ ਜਾਨਵਰਾਂ ਨੂੰ ਹਜੇ ਪ੍ਰੋਬਲਮ ਨਹੀਂ ਹੋਈ ਤਾਂ ਤੁਸੀਂ ਡੋਜ਼ ਦੇ ਹਿਸਾਬ ਨਾਲ ਵੈਰੋਸਿਨ ਠੀਕ ਆ ਲੌਂਗ ਐਕਸ਼ਨ ਹੁੰਦਾ ਜੀ ਇਹ ਠੀਕ ਹੈ ਇਹ ਮਾਲਕ ਜੇ ਇੱਕ ਵਾਰ ਆਪਾਂ ਲਾਨੇ ਆ ਤਾਂ ਇਹ 3 ਦਿਨ ਦੀ ਵੈਲਿਡ ਰਹਿੰਦਾ ਹੈ ਇੱਕ ਬੱਕਰੀ ਦੇ ਠੀਕ ਹੈ ਕਿ ਜਿਹੜਾ ਦੂਜੇ ਜਾਨਵਰ ਨੂੰ ਪੀਪੀਆਰ ਦੇ ਵਾਇਰਸ ਆ ਜਿਹੜਾ ਉਹ ਜਾਨ ਚ ਆਪਾਂ ਨੂੰ ਬਹੁਤ ਸਹਾਇਤਾ ਕਰਦਾ ਬਹੁਤ ਘੱਟ ਚਾਂਸ ਹੁੰਦੇ ਆ ਵੀ ਜਿਹੜਾ ਨਾ ਦੂਜੇ ਇੱਕ ਜਾਨਵਰ ਤੋਂ ਦੂਜੇ ਜਾਨਵਰ ਦੇ ਵਿੱਚ ਵਾਇਰਸ ਜਾਊਗਾ ਤੇ ਵਾਇਰੋਸਿਨ ਇਨਰੋਫਲੋਕਸਨ ਦਾ ਇਹ ਆਪਾਂ ਜਰੂਰ ਲਾਉਣਾ ਬਾਈ ਹਨਾ ਜਿਹੜੇ ਜਾਨਵਰਾਂ ਨੂੰ ਹਜੇ ਤੱਕ ਪ੍ਰੋਬਲਮ ਆਪਣੇ ਨਹੀਂ ਆਈ ਜੇ ਆਪਣੇ ਫਾਰਮ ਦੇ ਵਿੱਚ ਆ ਗਏ ਤਾਂ ਵੈਕਸੀਨ ਕਰਨੀ ਜੇ ਨਹੀਂ ਆਈ ਤਾਂ ਵੈਕਸੀਨ ਕਰ ਲਓ ਜੇ ਆ ਗਈ ਤਾਂ ਜਿਹੜੇ ਜਾਨਵਰ ਸਹੀ ਸਲਾਮਤ ਨੇ ਉਹਨਾਂ ਨੂੰ ਆ ਵਾਇਰਸ ਨੇ ਜਿਹੜਾ ਇੰਜੈਕਸ਼ਨ ਆ ਇਹ ਜ਼ਰੂਰ ਲਾਉਣਾ ਵਾ ਠੀਕ ਹੈ ਤੇ ਵੀਡੀਓ ਕਿਦਾਂ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਤੇ ਇੱਕ ਹੋਰ ਜੇ ਜਿਨ੍ਹਾਂ ਨੂੰ ਜ਼ਿਆਦਾ ਜ਼ੁਕਾਮ ਹੋ ਜਾਂਦਾ ਜਾਂ ਜ਼ਿਆਦਾ ਸਰਦੀ ਆ ਉਹਨਾਂ ਨੂੰ ਜਿਹੜਾ ਆਪਾਂ ਇੱਕ ਵੈਕਸ ਹੁੰਦੀ ਆ ਜਿਹੜੀ ਆਪਾਂ ਬਾਮ ਕਹਿ ਦਿੰਦੇ ਆ ਠੀਕ ਹੈ ਉਹਨੂੰ ਪੂਰੇ ਗਰਮ ਪਾਣੀ ਦੇ ਵਿੱਚ ਪਾ ਕੇ ਆਪਾਂ ਉਹਨਾਂ ਦੀ ਭਾਫ਼ ਦੇਣੀ ਹੈ ਜਾਨਵਰਾਂ ਨੂੰ ਠੀਕ ਹੈ ਇਹ ਦਿਹਾੜੀ ਦੇ ਵਿੱਚ ਤਿੰਨ ਤੋਂ ਚਾਰ ਵਾਰ ਆ ਜਿਹੜੀ ਭਾਫ਼ ਆਪਾਂ ਦੇਣੀ ਹੈ ਕਾਫੀ ਜਾਨਵਰਾਂ ਦੇ ਮੂੰਹ ਦੇ ਵਿੱਚ ਛਾਲੇ ਵੀ ਹੋ ਜਾਂਦੇ ਆ ਪੀਪੀਆਰ ਦੇ ਕਾਰਨ ਤੇ ਉਹ ਆਪਾਂ ਜਿਹੜੀ ਗ੍ਰੈਸਲੀਨ ਆਉਂਦੀ ਆ ਉਹ ਆਪਾਂ ਮੂੰਹ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਉਹਨੂੰ ਸਾਫ਼ ਕਰਨਾ ਤਾਂ ਜੋ ਉਹਨੂੰ ਖਾਣ ਪੀਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਠੀਕ ਹੈ ਇਹ ਚੀਜ਼ਾਂ ਦਾ ਧਿਆਨ ਰੱਖੋ ਬਾਈ ਬਾਕੀ ਸਾਫ਼ ਸਵੱਾਈ ਆਪਣੇ ਫਾਰਮ ਦੀ ਰੱਖੋ ਠੀਕ ਹੈ ਇਹ ਪ੍ਰੋਬਲਮ ਕਦੇ ਨਹੀਂ ਆਉਣਗੀਆਂ ਤੇ ਵੈਕਸੀਨ ਪ੍ਰੋਪਰ ਤਰੀਕੇ ਨਾਲ ਟਾਈਮ ਟੂ ਟਾਈਮ ਜਿਹੜੀ ਆ ਅ ਵੈਕਸੀਨ ਜਰੂਰ ਕਰਵਾਓ ਤੇ ਦੂਜੀ ਜੇ ਕੋਈ ਆਪਣੇ ਫਾਰਮ ਦੇ ਵਿੱਚ ਆਉਂਦਾ ਇਹ ਹਫਤੇ 10 ਦਿਨ ਬਾਅਦ ਜਾਂ ਤੀਜੇ ਚੌਥੇ ਦਿਨ ਜਿਹੜੀ ਕਲੀ ਆ ਕਲੀ ਦਾ ਛੜਕਾ ਜਰੂਰ ਕਰੋ ਠੀਕ ਆ ਇਹ ਹਫਤੇ 10 ਦਿਨ ਬਾਅਦ ਰੂਟੀਨ ਬਣਾ ਲਓ ਵੀ ਐਤਵਾਰ ਜਾਂ ਸੋਮਵਾਰ ਨੂੰ ਵੀ ਆਪਾਂ ਹਰੇ ਹਫਤੇ ਕਲੀ ਦਾ ਛੜਕਾ ਜਿਹੜਾ ਕਰਨਾ ਸੋ ਵੀਡੀਓ ਕਿਵੇਂ ਲੱਗੀ ਬਾਈ ਕਮੈਂਟ ਕਰ ਦੇਣਾ ਸ਼ੇਅਰ ਕਰ ਦਿਓ ਜਰੂਰ ਤਾਂ ਕਿ ਹੋਰ ਕਿਸੇ ਮਤਲਬ ਬੱਕਰੀ ਪਾਲਣ ਦਾ ਜਿਹੜਾ ਧੰਦਾ ਕਰਦਾ ਵੀ ਉਹਨਾਂ ਨੂੰ ਇਹ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਵੇ ਉਹ ਆਪਣਾ ਟਾਈਮ ਰਹੇ ਤੇ ਇਹ ਆਪਣਾ ਜਿਹੜਾ ਮੂਰੇ ਆ ਉਹ ਸਹੀ ਸਲਾਮਤ ਰੱਖ ਲੈਣ ਜਾਨਵਰਾਂ ਨੂੰ ਸੋ ਧੰਨਵਾਦ ਵੀਰੇ ਥੈਂਕ ਯੂ